ਕਿਵੇਂ ਦੇਖਦੇ ਹੋ ਸੰਗਤ ਜਿਹੜੀ ਉਹਨਾਂ ਨੂੰ ਦੇਖ ਰਹੀ ਹੈ ਕਿ ਜੇਲ੍ਹ ਤੋਂ ਜਿਹੜੇ ਬਾਹਰ ਆਉਣ ਅਤੇ ਜਿਹੜਾ ਹੈਗਾ ਸੰਸਦ ਦੇ ਵਿੱਚ ਪਹੁੰਚਣ ਅਤੇ ਜਿਹੜੀ ਆਵਾਜ਼ ਜਿਹੜੀ ਹੈ ਆਪਣੇ ਜਿਹੜੇ ਪੰਜਾਬ ਦੇ ਜਿਹੜੇ ਮਸਲੇ ਹੈ ਸੰਗਤ ਦੇ ਜਿਹੜੇ ਮਸਲੇ ਹੈਗੇ ਉਹਨਾਂ ਨੂੰ ਚੁੱਕਣ, ਅਤੇ ਕਦੋਂ ਤੱਕ ਲੱਗਦਾ ਕੀ ਰਣਨੀਤੀ ਤੁਹਾਡੀ ਕੀ ਹੋਏਗੀ ਉਹਨਾਂ ਨੂੰ? ਅਤੇ ਜਦੋਂ ਲੋਕਾਂ ਨੂੰ ਫਿਰ ਇਲੈਕਸ਼ਨ 'ਚ ਮੌਕਾ ਮਿਲਿਆ ਤਾਂ ਉਹਨਾਂ ਨੇ ਆਪਣੇ ਜਿਹੜੇ ਉਹ ਅੰਮ੍ਰਿਤਪਾਲ ਨੇ ਆਪਣਾ ਪਿਆਰ ਦਾ ਹਜ਼ਾਰ ਜਾਂ ਜੋ ਉਹਨਾਂ ਨੇ ਉਹਨਾਂ 'ਤੇ NSA ਲਾਈ ਸੀ ਉਹਦੇ ਖਿਲਾਫ ਉਹਨਾਂ ਨੇ ਵੋਟ ਪਾ ਕੇ ਵੀ ਦੱਸ ਦਿੱਤਾ ਕਿ ਇਹ ਜੋ ਤੁਸੀਂ ਸਰਕਾਰਾਂ ਕਰ ਰਹੀਆਂ ਉਹ ਗਲਤ ਹੈ। ਪੰਜਾਬ ਸਰਕਾਰ ਦੀ ਇੱਕ ਬਹੁਤ ਵੱਡੀ ਨਾਕਾਮੀ ਹੈ ਜੀ, ਇਹ ਜਿਹੜੀਆਂ ਚੀਜ਼ਾਂ ਨੂੰ ਆ ਪਹਿਲਾਂ ਆਪ ਖੁਦ ਹੀ ਉਹਨਾਂ ਮਸਲਿਆਂ 'ਤੇ ਗੱਲ ਕਰਦੇ ਸੀ ਕਿ ਬੇਅਦਬੀ ਦਾ ਅਸੀਂ ਇਨਸਾਫ ਦੇਵਾਂਗੇ, ਨਸ਼ਿਆਂ ਨੂੰ ਅਸੀਂ ਰੋਕਾਂਗੇ, ਅਤੇ ਅੰਮ੍ਰਿਤਪਾਲ ਵੀ ਨਸ਼ਿਆਂ ਨੂੰ ਰੋਕਣ ਦੀ ਗੱਲ ਕੀਤੀ, ਉਹਨਾਂ ਕਰਕੇ ਦਿਖਾਇਆ ਵੀ, ਅਤੇ ਇਹਨਾਂ ਨੇ ਨਸ਼ੇ 'ਤੇ ਕੀ ਰੋਕਣੇ ਸੀ, ਨਸ਼ੇ ਨੂੰ ਰੋਕਣ ਵਾਲਿਆਂ ਨੂੰ ਇਹਨਾਂ ਨੇ NSA ਲਗਾ ਕੇ ਅਤੇ ਛੁੱਟ, ਇਹਨਾਂ ਨੀਤ ਤੋਂ ਇਹ ਸਪਸ਼ਟ ਹੁੰਦਾ ਕਿ ਨਸ਼ਾ ਰੋਕਣਾ ਨਹੀਂ, ਨਸ਼ੇ ਦਾ ਕਾਰੋਬਾਰ ਕਰਨਾ ਚਾਹ ਰਹੇ। ਜਿਸ ਮਕਸਦ ਨੂੰ ਲੈ ਕੇ ਜਿਹੜਾ ਹੈਗਾ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਜਿਹੜਾ ਹੈਗਾ ਮੁਹਿੰਮ ਚਲਾਈ ਗਈ ਸੀਗੀ, ਲੱਗਦਾ ਕਿ ਉਹ ਜਿਹੜੀ ਮੁਹਿੰਮ ਇੱਕ ਵਾਰੀ ਰੁਕ ਗਈ ਹੈ ਅਤੇ ਜਿਹੜੇ ਉਸ ਨੂੰ ਦੁਬਾਰਾ ਚਾਲੂ ਕਰਨ ਵਾਸਤੇ ਮਤਲਬ ਕਿਸੇ ਨਾ ਕਿਸੇ ਪਾਰਟੀ ਦਾ ਸਾਥ ਦੀ ਲੋੜ ਹੈ ਜਾਂ ਫਿਰ ਜਿਹੜਾ ਪਾਰਟੀ ਨਵੀਂ ਬਣਾਉਣ ਦੀ ਜਿਹੜੀ ਵਪਾਰੀਆਂ ਨੂੰ ਹੋਰ ਆਮ ਕੋਈ ਸਰਦੇ ਪੁੱਜਦੇ ਲੋਕਾਂ ਨੂੰ ਫਰੋਤੀਆਂ ਦੇ ਫੋਨ ਆ ਰਹੇ ਆ, ਦਿਨ ਦਿਹਾੜੇ ਮਰਡਰ ਹੋ ਰਹੇ ਆ, ਅਤੇ ਮੇਰਾ ਖਿਆਲ ਹੈ ਕਿ ਸਭ ਕੁਛ ਹੀ ਤਹਿਸ ਨਹਿਸ਼ ਹੋਇਆ ਪਿਆ, ਅਤੇ ਸਰਕਾਰ ਬਸ ਇੱਕ ਹੀ ਗੱਲ 'ਤੇ ਹੀ ਹੈ ਕਿ ਜਿਹੜਾ ਕੋਈ ਉਸ ਕੋਈ ਗੱਲ ਕਰਦਾ ਸੱਚ ਦੀ ਉਹਨੂੰ ਚੁੱਕੇ ਅਤੇ ਜੇਲ੍ਹ ਸੁੱਟੋ। ਕੀ ਮੰਨਦੇ ਹੋ ਜਿਹੜੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਸੀਗੀ ਜਿਹੜੀ ਅਕਾਲੀ ਦਲ ਜਿਹੜਾ ਹੈਗਾ ਜਿਹੜੀ ਅੱਜ ਜਿਹੜੀ ਕਮਜ਼ੋਰ ਨਜ਼ਰ ਆ ਰਹੀ ਹੈ, ਧੜੇਬੰਦੀ ਜਿਹੜੀ ਉਹਦੇ ਵਿੱਚ ਨਜ਼ਰ ਆ ਰਹੀ ਹੈ, ਕੀ ਉਹ ਅੱਜ ਜਿਹੜੀ ਹੈਗੀ ਪੰਜਾਬ ਦੀ ਜਿਹੜੀ ਹੈਗੀ ਅਗਵਾਈ ਕਰ ਸਕਦੀ ਹੈ ਜਾਂ ਪੰਜਾਬੀਅਤ ਲਈ ਜਾਂ ਫਿਰ ਪੰਜਾਬ ਦੇ ਲੋਕਾਂ ਲਈ ਹੈਗੇ ਉਹ ਦੁਬਾਰਾ ਜਿਹੜੀ ਹੈ ਮੁੜ ਸੁਰਜੀਤ ਹੋ ਸਕਦੀ? ਇਹ ਸਾਡੀ ਜਿਹੜੀਆਂ ਇਹ ਪੰਥਕ ਪਾਰਟੀ ਬਹੁਤ ਵੱਡੀ ਸੀ, ਇਹਨੇ ਬੜਾ ਸੰਘਰਸ਼ ਕੀਤਾ, ਪਰ ਇਹ ਕੁਛ ਸਮੇਂ ਤੋਂ ਜਿੱਦਾਂ 1996-97 ਤੋਂ ਇਹਨਾਂ ਨੇ ਪੰਥਕ ਛੱਡ ਕੇ ਮੁੱਦਾ 'ਤੇ ਪੰਜਾਬੀ ਪਾਰਟੀ ਬਣਾ ਦਿੱਤੀ, ਕਿ ਉਹਨਾਂ ਨੇ ਪੰਜਾਬ ਦੇ ਮੁੱਦੇ ਛੱਡ ਕੇ ਸਾਰੀਆਂ ਚੀਜ਼ਾਂ ਛੱਡ ਕੇ ਉਹ ਆਪਣੇ ਪਰਿਵਾਰ ਨੂੰ ਹੀ ਪ੍ਰਮੋਟ ਕਰਨ ਵਾਸਤੇ ਲੱਗੇ ਰਹੇ, ਆਪਣਾ ਬਿਜ਼ਨਸ ਵਧਾਉਂਦੇ ਰਹੇ। ਉਹਦੇ ਨਾਲ ਮੇਰਾ ਖਿਆਲ ਹੈ ਕਿ ਲੋਕਾਂ 'ਚ ਜੋ ਉਹਨਾਂ ਦੇ ਰਾਜ 'ਚ ਬੇਅਦਬੀਆਂ ਹੋਈਆਂ, ਹੋਰ ਚੀਜ਼ਾਂ, ਕਿਸੇ ਦਾ ਵੀ ਕੋਈ ਇਨਸਾਫ ਵਾਲੀ ਗੱਲ ਹੀ ਨਹੀਂ ਹੋਈ, ਮੇਰਾ ਖਿਆਲ ਹੈ ਕਿ ਉਹ ਬਹੁਤ ਉਹਨਾਂ ਨੇ ਪੰਜਾਬ ਦਾ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ, ਹੁਣ ਲੋਕਾਂ ਨੂੰ ਉਹਨਾਂ 'ਤੇ ਵਿਸ਼ਵਾਸ ਨਹੀਂ ਰਿਹਾ। ਨਹੀਂ ਉਹ ਤਾਂ ਢੌਂਗ ਰਚ ਹੀ ਰਹੇ ਲੋਕਾਂ ਨੇ ਬੜੇ ਵਿਸ਼ਵਾਸ ਨਾਲ ਦੂਜੀਆਂ ਦੋ ਪਾਰਟੀਆਂ ਨੂੰ ਨਕਾਰ ਕੇ ਇਹਨਾਂ ਨੂੰ ਐਡਾ ਬਹੁਮਤ ਦਿੱਤਾ ਸੀਗਾ, ਪਰ ਇਹ ਹੁਣ ਲੋਕਾਂ ਦੇ ਮਨ 'ਚੋਂ ਲੱਥ ਚੁੱਕੇ ਆ, ਤਾਂ ਉਹਦੇ 'ਚ ਇਹਨਾਂ ਨੇ ਪੰਜਾਬ ਦੇ ਸਿਰ ਕਰਜ਼ਾ ਵੀ ਵਧਾ ਦਿੱਤਾ ਅਤੇ ਬਾਕੀ ਨਸ਼ਾ ਵੀ ਵਧਾ ਦਿੱਤਾ ਪੰਜਾਬ 'ਚ, ਹੋਰ ਵੀ ਜਿਹੜੀ ਭ੍ਰਿਸ਼ਟਾਚਾਰ ਹੈ ਉਹ ਵੀ ਵੱਧ ਗਿਆ, ਸਾਰੀਆਂ ਚੀਜ਼ਾਂ ਲੋਕਾਂ ਦਾ ਹੁਣ ਮੋਹ ਭੰਗ, ਲੋਕ ਹੁਣ ਸੋਚ ਰਹੇ ਕਿ ਜਾਈਏ ਤਾਂ ਜਾਈਏ ਕਿੱਧਰ। MP ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਚੋਣ ਨੂੰ ਲੈ ਕੇ ਪਟੀਸ਼ਨ ਜਿਹੜੀ ਲਗਾਈ ਗਈ ਸੀ ਸੁਪਰੀਮ ਕੋਰਟ ਦੇ ਵਿੱਚ, ਉਸ ਨੂੰ ਖਾਰਜ ਕਰ ਦਿੱਤਾ ਗਿਆ ਹੈਗਾ। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਪਿਤਾ ਜੀ ਸਰਦਾਰ ਤਰਸੇਮ ਸਿੰਘ ਜੀ ਸਾਡੇ ਨਾਲ ਹੈਗੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹੈਗੇ ਕਿ ਉਹ ਇਸ ਪੂਰੇ ਮਾਮਲੇ ਨੂੰ ਕਿਵੇਂ ਦੇਖਦੇ ਆ ਅਤੇ ਅੱਗੇ ਦੀ ਜਿਹੜੀ ਰਣਨੀਤੀ ਹੈਗੀ ਉਹ ਕਿਸ ਤਰ੍ਹਾਂ ਦੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵੀਰ ਫਤਿਹ। ਕੀ ਹੈ ਕਿ ਜੀ ਕਿਵੇਂ ਦੇਖਦੇ ਹੋ ਅੱਜ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਹੈਗੇ ਉਹਨਾਂ ਦੇ ਖਿਲਾਫ ਜਿਹੜੀ ਹੈ ਉਹਨਾਂ ਦੀ ਚੋਣ ਨੂੰ ਲੈ ਕੇ ਅਯੋਗ ਕਰਾਰ ਦਿੰਦੇ ਹੋਏ ਇੱਕ ਜਿਹੜੀ ਪਟੀਸ਼ਨ ਜਿਹੜੀ ਲਗਾਈ ਗਈ ਸੀਗੀ ਕਿ ਅਯੋਗ ਹੈ ਉਹਨਾਂ ਦੀ ਜਿਹੜੀ MP ਦੀ ਜਿਹੜੀ ਚੋਣ ਹੋਈ ਹੈ ਉਸ ਨੂੰ ਜਿਹੜਾ ਸੁਪਰੀਮ ਕੋਰਟ ਨੇ ਜਿਹੜਾ ਹੈਗਾ ਖਾਰਜ ਕਰਤਾ?
ਨਹੀਂ ਇਹ ਜੀ ਉਹ ਤਾਂ ਪਹਿਲਾਂ ਹੀ ਦਿਖ ਰਿਹਾ ਸੀ, ਉਹ ਬੰਦੇ ਨੂੰ ਜਿਹੜਾ ਪਤਾ ਨਹੀਂ ਕਿਸੇ ਦੇ ਚੁੱਕੇ ਚੁਕਾਏ 'ਤੇ ਇਹ ਕੰਮ ਕਰ ਰਿਹਾ ਸੀਗਾ, ਉਹ ਪਹਿਲਾਂ ਉਹਨੇ ਇਲੈਕਸ਼ਨ ਹੀ ਲੜ ਕੇ ਵੇਖੀ ਅਤੇ ਮੇਰੇ ਖਿਆਲ ਉਹਨੂੰ ਕੋਈ 100 ਵੋਟਾਂ ਪਈਆਂ, ਅਤੇ ਇਹ ਚੀਜ਼ ਹੈ ਕਿ ਉਹ ਇੱਕ ਐਵੇਂ ਆਪਣੀ ਪਬਲਿਸਿਟੀ ਵਾਸਤੇ ਉਹਨੇ ਇਹੋ ਜਿਹਾ ਕੰਮ ਕੀਤਾ ਸੀ, ਅਤੇ ਅਸੀਂ ਕੋਰਟ ਦੇ ਵੀ ਧੰਨਵਾਦੀ ਹਾਂ ਕਿ ਜਿਹੜਾ ਉਹਨਾਂ ਨੇ ਆਪਣਾ ਨਾਮ ਆਪਣਾ ਸਮਾਂ ਖਰਾਬ ਕਰਦੇ ਨਾ ਹੋਰ, ਅਤੇ ਉਹ ਜਿਹੜਾ ਫੈਸਲਾ ਲਿਆ ਉਹ ਸਵਾਗਤਯੋਗ ਹੈ ਜੀ। ਕਿਵੇਂ ਦੇਖਦੇ ਹੋ ਸੰਗਤ ਜਿਹੜੀ ਉਹਨਾਂ ਨੂੰ ਦੇਖ ਰਹੀ ਹੈ ਕਿ ਜੇਲ੍ਹ ਤੋਂ ਜਿਹੜੇ ਬਾਹਰ ਆਉਣ ਅਤੇ ਜਿਹੜਾ ਹੈਗਾ ਸੰਸਦ ਦੇ ਵਿੱਚ ਪਹੁੰਚਣ ਅਤੇ ਜਿਹੜੀ ਆਵਾਜ਼ ਜਿਹੜੀ ਹੈ ਆਪਣੇ ਜਿਹੜੇ ਪੰਜਾਬ ਦੇ ਜਿਹੜੇ ਮਸਲੇ ਹੈ ਸੰਗਤ ਦੇ ਜਿਹੜੇ ਮਸਲੇ ਹੈਗੇ ਉਹਨਾਂ ਨੂੰ ਚੁੱਕਣ, ਅਤੇ ਕਦੋਂ ਤੱਕ ਲੱਗਦਾ ਕੀ ਰਣਨੀਤੀ ਤੁਹਾਡੀ ਕੀ ਹੋਏਗੀ ਉਹਨਾਂ ਨੂੰ? ਇਹ ਜੀ ਇਹ ਸੰਗਤ ਨੇ ਤਾਂ ਜਦੋਂ ਉਹਨਾਂ ਨੂੰ ਪਹਿਲੀ ਗੱਲ ਤਾਂ ਜਦੋਂ ਉਹਨਾਂ ਨੂੰ NSA ਲਾਈ ਸੀ ਉਦੋਂ ਵੀ ਸੰਗਤਾਂ ਬਹੁਤ ਮਨ 'ਚ ਰੋਸ ਸੀਗਾ, ਉਹਨਾਂ ਨੇ ਕਈ ਜਗ੍ਹਾ 'ਤੇ ਰੋਡ ਜਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਪ੍ਰਸ਼ਾਸਨ ਨੇ ਬਹੁਤ ਧੱਕਾ ਕਰਕੇ ਉਹਨਾਂ ਨੂੰ ਉਹਨਾਂ ਦੀਆਂ ਮੋਟਰਾਂ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ, ਅਤੇ ਪਰ ਉਹ ਉਹਨਾਂ ਨੇ ਬੜਾ ਜ਼ੁਲਮ ਤਸ਼ੱਦਦ ਬਹੁਤ ਲੋਕਾਂ ਨੂੰ ਨਜਾਇਜ਼ ਤੌਰ 'ਤੇ ਹਰਾਸਤ 'ਚ ਵੀ ਸੁੱਟਿਆ, ਅਤੇ ਜਦੋਂ ਲੋਕਾਂ ਨੂੰ ਫਿਰ ਇਲੈਕਸ਼ਨ 'ਚ ਮੌਕਾ ਮਿਲਿਆ ਤਾਂ ਉਹਨਾਂ ਨੇ ਆਪਣੇ ਜਿਹੜੇ ਉਹ ਅੰਮ੍ਰਿਤਪਾਲ ਨੇ ਆਪਣਾ ਪਿਆਰ ਦਾ ਹਜ਼ਾਰ ਜਾਂ ਜੋ ਉਹਨਾਂ ਨੇ ਉਹਨਾਂ 'ਤੇ NSA ਲਾਈ ਸੀ ਉਹਦੇ ਖਿਲਾਫ਼ ਉਹਨਾਂ ਨੇ ਵੋਟ ਪਾ ਕੇ ਵੀ ਦੱਸ ਦਿੱਤਾ ਕਿ ਇਹ ਜੋ ਤੁਸੀਂ ਸਰਕਾਰਾਂ ਕਰ ਰਹੀਆਂ ਉਹ ਗਲਤ ਹੈ, ਅਤੇ ਪਰ ਫਿਰ ਵੀ ਸਰਕਾਰ ਅਸੀਂ ਤਾਂ ਸੋਚਦੇ ਸੀ ਕਿ ਜਾਂ ਆਮ ਸੰਗਤਾਂ ਸੋਚਦੀਆਂ ਕਿ ਸਰਕਾਰ ਇਸ ਤੋਂ ਲੋਕਤੰਤਰ ਦੀ ਬੜੀ ਵੱਡੀ ਆਪਣੇ ਆਪ ਨੂੰ ਲੋਕਤੰਤਰ ਹੋਣ ਦਾ ਦੁਹਾਈ ਦੇ ਰਹੇ ਆ, ਅਤੇ ਉਸ ਲੋਕਤੰਤਰ ਦੀ ਕਦਰ ਕਰਦੇ ਹੋਏ ਉਹਨਾਂ ਦੇ ਸਾਥੀਆਂ ਨੂੰ ਹੁਣ ਸ਼ਾਇਦ NSA ਖਤਮ ਕਰਕੇ ਉਹਨੂੰ ਰਿਹਾ ਕੀਤਾ ਜਾਊਗਾ, ਪਰ ਉਹਨਾਂ ਨੇ ਫਿਰ ਦੁਬਾਰਾ ਉਹ 'ਤੇ ਵਧਾ ਕੇ ਮੇਰਾ ਖਿਆਲ ਹੈ ਕਿ ਇਹ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਆ, ਅਤੇ ਲੋਕਾਂ ਜੋ ਸੰਗਤਾਂ ਦੇ ਰੋਜ਼ ਹੀ ਸਾਡੇ ਕੋਲੋਂ ਇਹ ਕਹਿੰਦੇ ਕਿ ਅਸੀਂ ਚਾਹੁੰਦੇ ਹਾਂ ਕੁਝ ਛੇਤੀ ਆਉਣ, ਅਤੇ ਇਹਦੇ ਬਾਰੇ ਕੀ ਕਾਰਵਾਈ ਕਰ ਰਹੇ, ਅਤੇ ਅਸੀਂ ਕਹਿੰਦੇ ਕਾਨੂੰਨੀ ਤੌਰ 'ਤੇ ਚਲੋ ਕੋਰਟ 'ਚ ਵੀ ਇਹ ਕੇਸ ਲੈ ਕੇ ਗਏ ਹਾਂ, ਅਤੇ ਕੋਰਟ 'ਚ ਵੀ ਅਜੇ ਤਾਂ ਫਿਰ ਸੰਗਤਾਂ ਨੇ ਕਿਹਾ ਕਿ ਤੁਸੀਂ ਕੋਈ ਇਕੱਠ ਕਰੋ ਉਹਦੇ 'ਚ ਆਪਾਂ ਕੋਈ ਫੈਸਲਾ ਕਰੀਏ ਕਿ ਆਉਣ ਵਾਲੇ ਸਮੇਂ ਲਈ ਸਾਨੂੰ ਕੀ ਰਣਨੀਤੀ ਤੈਅ ਕਰਨੀ ਚਾਹੀਦੀ ਆ, ਉਹਦੇ ਵਾਸਤੇ ਅਸੀਂ 19 ਤਰੀਕ ਨੂੰ ਜਿਹੜਾ ਕਿ ਹੋਰ ਪੰਥਕ ਮਸਲੇ ਵੀ ਆ ਬੇਅਦਬੀਆਂ ਦਾ ਵਾ ਬੰਦੀ ਸਿੰਘਾਂ ਦਾ ਵਾ ਜਾਂ ਪੰਜਾਬ ਨਾਲ ਜੋ ਸਾਡੇ ਨਾਲ ਜ਼ੁਲਮ ਖਤਮ ਹੋ ਰਿਹਾ ਉਹਦੇ ਖਿਲਾਫ਼ ਜਿਹੜੀ ਅਸੀਂ ਉਹ ਜਿਹੜੀ 19 ਤਰੀਕ ਦੀ ਇਕੱਤਰਤਾ ਕਰ ਰਹੇ ਹਾਂ, ਅਤੇ ਉਹਦੇ 'ਚ ਅਸੀਂ ਸਮੂਹ ਪੰਜਾਬੀਆਂ ਨੂੰ ਜਥੇਬੰਦੀਆਂ ਸਿੱਖ ਜਥੇਬੰਦੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਓ ਅਤੇ ਆਪਣੇ ਸੁਝਾਅ ਦਿਓ, ਕੌਮ ਨੂੰ ਇੱਕ ਪਲੇਟਫਾਰਮ 'ਤੇ ਇਕੱਠਾ ਕਰੀਏ, ਅਤੇ ਜੋ ਸਾਡੇ ਨਾਲ ਜੋ ਸਾਡੀ ਪੰਜਾਬੀਆਂ ਨਾਲ ਜਾਂ ਸਾਡੇ ਸਿੱਖਾਂ ਨਾਲ ਜੋ ਇੱਥੇ ਹੋ ਰਿਹਾ ਉਹਨੂੰ ਆਪਾਂ ਕੁਛ ਉਹ ਜ਼ੁਲਮ ਨੂੰ ਠੱਲ ਪਾ ਸਕੀਏ। ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦਾ ਰਵੱਈਆ, ਕਿਵੇਂ ਦੇਖਦੇ ਹੋ ਕਿ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਜਿਹੜਾ ਹੈਗਾ ਪੰਜਾਬ ਦੀ ਗੱਲ ਕੀਤੀ ਗਈ ਸੀ, ਪੰਜਾਬੀਅਤ ਦੀ ਗੱਲ ਕੀਤੀ ਗਈ ਸੀ, ਲੇਕਿਨ ਉਹਨਾਂ ਨੂੰ ਜਿਹੜਾ ਹੈਗਾ NSA ਲਾ ਕੇ ਜਿਹੜਾ ਹੈਗਾ ਜੇਲ੍ਹ 'ਚ ਜਿਹੜਾ? ਨਹੀਂ ਇਹ ਪੰਜਾਬ ਸਰਕਾਰ ਦੀ ਇੱਕ ਬਹੁਤ ਵੱਡੀ ਨਾਕਾਮੀ ਹੈ ਜੀ, ਇਹ ਜਿਹੜੀਆਂ ਚੀਜ਼ਾਂ ਨੂੰ ਪਹਿਲਾਂ ਆਪ ਖੁਦ ਹੀ ਉਹਨਾਂ ਮਸਲਿਆਂ 'ਤੇ ਗੱਲ ਕਰਦੇ ਸੀ ਕਿ ਬੇਅਦਬੀ ਦਾ ਅਸੀਂ ਇਨਸਾਫ਼ ਦੇਵਾਂਗੇ, ਨਸ਼ਿਆਂ ਨੂੰ ਅਸੀਂ ਰੋਕਾਂਗੇ, ਅਤੇ ਅੰਮ੍ਰਿਤਪਾਲ ਵੀ ਨਸ਼ਿਆਂ ਨੂੰ ਰੋਕਣ ਦੀ ਗੱਲ ਕੀਤੀ, ਉਹਨਾਂ ਕਰਕੇ ਦਿਖਾਇਆ ਵੀ, ਅਤੇ ਇਹਨਾਂ ਨੇ ਨਸ਼ੇ 'ਤੇ ਕੀ ਰੋਕਣੇ ਸੀ, ਨਸ਼ੇ ਨੂੰ ਰੋਕਣ ਵਾਲਿਆਂ ਨੂੰ ਇਹਨਾਂ ਨੇ NSA ਲਗਾ ਕੇ ਅਤੇ ਛੁੱਟ, ਇਹਨਾਂ ਦੀ ਨੀਤ ਤੋਂ ਇਹ ਸਪਸ਼ਟ ਹੁੰਦਾ ਕਿ ਨਸ਼ਾ ਰੋਕਣਾ ਨਹੀਂ, ਨਸ਼ਿਆਂ ਦਾ ਕਾਰੋਬਾਰ ਕਰਨਾ ਚਾਹ ਰਹੇ, ਕਿਉਂਕਿ ਹੁਣ ਵੀ ਦੇਖੋ ਕਿ ਅਜੇ ਤੱਕ ਕਿਸੇ ਨਸ਼ੇ ਤਸਕਰ 'ਤੇ ਜਾਂ ਕਿਤੇ ਵੱਡੇ ਡਰੱਗ ਲੀਡਰ 'ਤੇ ਡੀਲਰ 'ਤੇ ਤਾਂ ਕੋਈ NSA ਨਹੀਂ ਲੱਗੀ, ਅਤੇ ਇਹ NSA ਖਾਲੀ ਜਿਹੜਾ ਕਿ ਉਹਨਾਂ ਦੀ ਰੋਕਦਾ ਵਾ ਜਾਂ ਉਹਨਾਂ ਦੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ, ਅਤੇ ਉਹਨਾਂ 'ਤੇ NSA ਲਾ ਕੇ, ਅਤੇ ਉਹ ਵੀ 2500 ਕਿਲੋਮੀਟਰ ਦੂਰ ਉਹਨਾਂ ਨੂੰ ਸੁੱਟਣਾ, ਅਤੇ ਮੇਰਾ ਖਿਆਲ ਲੋਕ ਇਸ ਚੀਜ਼ ਨੂੰ ਹੁਣ ਬਰਦਾਸ਼ਤ ਨਹੀਂ ਕਰ ਰਹੇ, ਉਹਨਾਂ ਨੇ ਲੋਕ ਫਤਵੇ ਰਾਹੀਂ ਵੀ ਇਹਦਾ ਜਵਾਬ ਦਿੱਤਾ, ਅਤੇ ਹੁਣ 19 ਤਰੀਕ ਨੂੰ ਇਕੱਠ 'ਚ ਵੀ ਉਹਦਾ ਜਵਾਬ ਦੇਣਗੇ, ਅਤੇ ਆਉਣ ਵਾਲੇ ਸਮੇਂ ਲਈ ਅਸੀਂ ਮੇਰਾ ਖਿਆਲ ਹੈ ਕਿ ਉਹਨਾਂ ਦੀ ਰਾਏ ਨਾਲ ਕਿ ਅੱਗੇ ਸਾਨੂੰ ਕਿੱਦਾਂ ਦਾ ਸੰਘਰਸ਼ ਕਰਨਾ ਚਾਹੀਦਾ ਉਹਨਾਂ ਦੀ ਰਿਹਾਈ ਲਈ, ਉਹਨਾਂ ਦੇ ਸਾਥੀਆਂ ਦੀ ਰਿਹਾਈ ਲਈ, ਬੰਦੀ ਸਿੰਘਾਂ ਲਈ, ਉਹ ਅਸੀਂ ਉਹਦੇ 'ਚ 19 ਤਰੀਕ ਵਿੱਚ ਲਿਖਾਂਗੇ। ਜਿਸ ਮਕਸਦ ਨੂੰ ਲੈ ਕੇ ਜਿਹੜਾ ਹੈਗਾ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਜਿਹੜਾ ਹੈਗਾ ਮੁਹਿੰਮ ਚਲਾਈ ਗਈ ਸੀਗੀ, ਲੱਗਦਾ ਕਿ ਉਹ ਜਿਹੜੀ ਮੁਹਿੰਮ ਇੱਕ ਵਾਰੀ ਰੁਕ ਗਈ ਹੈ ਅਤੇ ਜਿਹੜੇ ਉਸ ਨੂੰ ਦੁਬਾਰਾ ਚਾਲੂ ਕਰਨ ਵਾਸਤੇ ਮਤਲਬ ਕਿਸੇ ਨਾ ਕਿਸੇ ਪਾਰਟੀ ਦਾ ਸਾਥ ਦੀ ਲੋੜ ਹੈ ਜਾਂ ਫਿਰ ਜਿਹੜਾ ਪਾਰਟੀ ਨਵੀਂ ਬਣਾਉਣ ਦੀ ਜਿਹੜੀ ਲੋੜ ਹੈ?
ਨਹੀਂ ਇਹ ਜੀ ਮਹਿਮਾਂ ਨੂੰ ਤੇ ਇਹਨਾਂ ਨੇ ਇੱਕ ਕਿਸਮ ਦਾ ਉਹਨਾਂ ਦੇ ਜਾਣ ਤੋਂ ਬਾਅਦ 'ਚ ਕਾਫੀ ਰੋਕ ਲਾਤੀ ਲੋਕਾਂ 'ਚ ਦਹਿਸ਼ਤ ਦਾ ਇੱਦਾਂ ਦਾ ਮਾਹੌਲ ਜਿਹੜਾ ਵੀ ਕੋਈ ਉਸ ਗੱਲ ਕਰਨ ਦੀ ਕੋਸ਼ਿਸ਼ ਕਰਦਾ ਸੀ ਉਹ 'ਤੇ ਵੀ ਝੂਠੇ ਪਰਚੇ ਪਾ ਕੇ ਅਤੇ ਉਹਨਾਂ ਨੂੰ ਜੇਲ੍ਹਾਂ ਸੁੱਟਿਆ ਜਾਂਦਾ ਸੀ। ਹੁਣ ਇਹ ਚੀਜ਼ ਹੈ ਕਿ ਉਹ ਹੁਣ ਲੋਕਾਂ 'ਚ ਫਿਰ ਥੋੜ੍ਹੀ ਜਾਗਰਤਾ ਆਈ ਹੈ, ਹੁਣ ਲੋਕ ਚਾਹ ਰਹੇ ਆ, ਸੰਗਤਾਂ ਚਾਹ ਰਹੀਆਂ ਕਿ ਉਹ ਰਿਹਾ ਹੋਣ ਅਤੇ ਰਿਹਾ ਹੋ ਕੇ ਅਤੇ ਆਪਣੀ ਜਿਹੜੀ ਉਹਨਾਂ ਲੋਕਾਂ ਨੇ ਉਹਨਾਂ ਨੂੰ ਸੇਵਾ ਲਾਈ ਹੈ ਉਹ ਸੇਵਾ ਨਿਭਾਉਣ। ਪਰ ਅਜੇ ਸਰਕਾਰ ਦਾ ਚਲੋ ਅਸੀਂ ਚਾਹੁੰਦੇ ਹਾਂ ਕਿ ਸ਼ਾਇਦ ਉਹ ਦੇਰ ਆਏ ਦੁਰੁਸਤ ਆਏ ਹੁਣ ਹੀ ਉਹ ਫੈਸਲਾ ਲੈਣ ਅਤੇ ਉਹਨਾਂ ਨੂੰ ਛੱਡਣ ਅਤੇ ਉਹ ਜੋ ਉਹਨਾਂ ਦੇ ਹਲਕੇ ਦੀ ਜ਼ਿੰਮੇਵਾਰੀ ਆ ਜਾਂ ਪੰਥ ਨੇ ਉਹਨਾਂ ਦੇ ਸਿਰ 'ਤੇ ਜੋ ਜ਼ਿੰਮੇਵਾਰੀ ਸੌਂਪੀ ਆ ਉਹ ਉਹਨੂੰ ਨਿਭਾਉਣ। ਇਹਦੇ ਵਾਸਤੇ ਅਸੀਂ ਸਾਰਾ ਕੁਛ ਉਪਰਾਲਾ ਕਰ ਰਹੇ ਹਾਂ। ਬਾਕੀ ਪਾਰਟੀ ਪੁਰਟੀ ਦਾ ਅਜੇ ਫਿਲਹਾਲ ਤਾਂ ਸਾਡਾ ਕੋਈ ਇਹ ਸਿੱਖਾਂ 'ਚ ਪਾਰਟੀਆਂ ਪਹਿਲਾਂ ਹੀ ਬਹੁਤ ਆ ਅਤੇ ਅਸੀਂ ਸੋਚਦੇ ਹਾਂ ਕਿ ਜੋ ਸਾਡੀਆਂ ਪਹਿਲੀਆਂ ਪਾਰਟੀਆਂ ਵਾ ਉਹ ਹੀ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਉਣ ਅਤੇ ਉਹਨਾਂ ਨੂੰ ਮੁੜ ਕੇ ਜੋ ਸਾਡੀਆਂ ਸੰਸਥਾਵਾਂ ਉਹਨਾਂ ਨੂੰ ਮੁੜ ਕੇ ਸੁਰਜੀਤ ਕੀਤਾ ਜਾਣਾ ਚਾਹੀਦਾ। ਅਤੇ ਇਹ ਸਾਡੀ ਖੇਤੀ ਪਾਰਟੀ ਜਿਹੜੀ ਹੈ ਕਿ ਇੱਕ ਬਹੁਤ ਮਜ਼ਬੂਤ ਪਾਰਟੀ ਹੋਣੀ ਚਾਹੀਦੀ ਆ, ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਰੀਆਂ ਸੰਗਤਾਂ ਨਾਲ। ਅਸੀਂ ਇੱਕ ਹੋਣ ਦੀ ਗੱਲ ਸੋਚ ਕੇ ਸਾਰੇ ਇੱਥੇ ਅੱਜ ਅਬੋਹਰ ਆਏ ਹਾਂ। ਅਸੀਂ ਇੱਥੇ ਵੀ ਸੰਗਤਾਂ ਨੂੰ ਇਹੋ ਅਪੀਲ ਕੀਤੀ ਆ ਕਿ ਸਾਨੂੰ ਇੱਕ ਹੋਣਾ ਚਾਹੀਦਾ। ਸੰਗਤਾਂ ਨੇ ਵੀ ਬਹੁਤ ਵੱਡਾ ਪਿਆਰ ਬਖਸ਼ਿਆ ਇੱਥੇ, ਬਹੁਤ ਛੋਟੇ ਜਿਹੇ ਸੱਦੇ 'ਤੇ ਉਹਨਾਂ ਨੇ ਬਹੁਤ ਵੱਡਾ ਇਕੱਠ ਕੀਤਾ ਅਤੇ ਅਸੀਂ ਉਹਨਾਂ ਦੇ ਵੀ ਤਹਿ ਦਿਲ ਤੋਂ ਧੰਨਵਾਦ। ਉਹਨਾਂ ਨੇ ਇੱਥੋਂ ਜਾ ਕੇ ਖਡੂਰ ਸਾਹਿਬ ਦੀ ਇਲੈਕਸ਼ਨ 'ਚ ਵੀ ਹਿੱਸਾ ਪਾਇਆ, ਇਸ ਕਰਕੇ ਵੀ ਅਸੀਂ ਸਾਰਾ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਅਤੇ ਅਸੀਂ ਉਮੀਦ ਵੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਸਾਡੀ ਸ਼ਾਇਦ ਕੁਛ ਅਸੀਂ ਸਾਰੇ ਜਣੇ ਇੱਕ ਹੋ ਕੇ ਇਹ ਜੋ ਸਾਡੇ ਨਾਲ ਬੇਇਨਸਾਫੀਆਂ ਹੋ ਰਹੀਆਂ ਉਹਦੇ ਵਿਰੁੱਧ ਅਸੀਂ ਕੋਈ ਸਾਂਝਾ ਮੋਰਚਾ ਬਣਾਈਏ। ਇਹ ਲੱਗਦਾ ਕਿ ਕੇਂਦਰ ਸਰਕਾਰ ਦਾ ਜਿਹੜਾ ਹੈਗਾ ਕਿੰਨਾ ਕੁ ਜਿਹੜਾ ਰੋਲ ਮੰਨਦੇ ਹੋ, ਕਿੰਨੀ ਕੁ ਜਿਹੜੀ ਭੂਮਿਕਾ ਮੰਨਦੇ ਹੋ ਕਿ ਜਿਹੜਾ ਹੈਗਾ ਪੰਜਾਬ ਦੀ ਜਿਹੜੀ ਆਵਾਜ਼ ਦਬਾਉਣ ਵਾਸਤੇ ਜਾਂ ਪੰਜਾਬ ਨੂੰ ਜਿਹੜਾ ਹੈਗਾ ਅਲੱਗ ਥਲੱਗ ਕਰਨ ਵਾਸਤੇ ਜਿਹੜਾ ਹੈਗਾ ਕਈ ਤਰ੍ਹਾਂ ਦੀਆਂ ਜਿਹੜੀਆਂ ਕਿਹਾ ਜਾ ਸਕਦਾ ਵਿਰੋਧੀਆਂ ਵੱਲੋਂ ਜਿਹੜਾ ਹੈਗਾ ਕਿ ਜਿਸ ਤਰ੍ਹਾਂ ਦੇ ਨਾਲ ਕਈ ਵਾਰੀ ਕਿ ਸਾਜ਼ਿਸ਼ ਰਚੀ ਜਾ ਰਹੀ ਹੈ ਜਾਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ? ਇਹ ਜੀ ਇਹ ਕੇਂਦਰ ਸਰਕਾਰ ਦਾ ਅਤੇ ਜਦੋਂ ਤੋਂ 47 ਤੋਂ ਬਾਅਦ 'ਚ ਹੀ ਸਾਡੇ ਪ੍ਰਤੀ ਰਵੱਈਆ ਜਿਹੜਾ ਉਹ ਐਡਾ ਵਧੀਆ ਨਹੀਂ ਰਿਹਾ। ਹਮੇਸ਼ਾ ਜੇ ਸਾਡਾ ਪੰਜਾਬੀ ਸੂਬੇ ਦੀ ਗੱਲ ਸੀ, ਸਾਡੀ ਬੋਲੀ ਦੀ ਗੱਲ ਸੀ, ਉਹਦੇ ਵਾਸਤੇ ਵੀ ਸਾਡੇ ਵੱਡੇ ਵਡੇਰਿਆਂ ਨੂੰ ਬਹੁਤ ਸੰਘਰਸ਼ ਕਰਨੇ ਪਏ ਅਤੇ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਉਹ ਤਾਂ ਉਹਨਾਂ 'ਤੇ ਤਾਂ ਹੈਗਾ ਹੀ ਹੈਗਾ, ਪਰ ਸਾਡੀਆਂ ਜਿਹੜੀਆਂ ਆਪਣੀਆਂ ਸਰਕਾਰਾਂ ਜਿਨ੍ਹਾਂ ਨੂੰ ਅਸੀਂ ਸਾਡੇ ਪੰਜਾਬ ਦੇ ਲੋਕ ਆਪਣੀ ਚੁਣ ਕੇ ਹੋਏ ਤੇ ਉਹ ਵੀ ਉਹਨਾਂ ਨਾਲ ਹੀ ਮਿਲ ਕੇ ਆਪਣੇ ਲੋਕਾਂ 'ਤੇ ਹੀ ਜ਼ੁਲਮ ਕਰਦੇ ਆ ਕਿ ਜੋ ਜ਼ੁਲਮ ਉਹਨਾਂ ਨੂੰ ਲੋਕਾਂ ਨੇ ਤਾਂ ਫਤਵਾ ਦਿੱਤਾ ਸੀ ਕਿ ਉਹ ਲੋਕਾਂ ਦੀ ਗੱਲ ਕਰਨਗੇ, ਲੋਕਾਂ ਦੇ ਭਲੇ ਦੀ ਗੱਲ ਕਰਨਗੇ, ਉਹਨਾਂ ਨੇ ਲੋਕਾਂ ਨੂੰ ਚੁੱਕ ਕੇ ਜੇਲ੍ਹਾਂ ਸੁੱਟਣਾ ਜਿੱਥੇ ਹੁਣ ਸਭ ਜਗ੍ਹਾ 'ਤੇ ਅਰਾਜਕਤਾ ਫੈਲੀ ਹੋਈ। ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ, ਵਪਾਰੀਆਂ ਨੂੰ ਹੋਰ ਆਮ ਕੋਈ ਸਰਦੇ ਪੁੱਜਦੇ ਲੋਕਾਂ ਨੂੰ ਫਰੋਤੀਆਂ ਦੇ ਫੋਨ ਆ ਰਹੇ ਆ, ਦਿਨ ਦਿਹਾੜੇ ਮਰਡਰ ਹੋ ਰਹੇ ਆ ਅਤੇ ਮੇਰਾ ਖਿਆਲ ਹੈ ਕਿ ਸਭ ਕੁਛ ਹੀ ਤਹਿਸ ਨਹਿਸ਼ ਹੋਇਆ ਪਿਆ ਅਤੇ ਸਰਕਾਰ ਬਸ ਇੱਕੇ ਗੱਲ 'ਤੇ ਹੀ ਹੈ ਕਿ ਜਿਹੜਾ ਕੋਈ ਉਸ ਕੋਈ ਗੱਲ ਕਰਦਾ ਸੱਚ ਦੀ ਉਹਨੂੰ ਚੁੱਕ ਕੇ ਤਾਂ ਜੇਲ੍ਹ ਸੁੱਟੋ, ਇਹੋ ਹੀ ਇਹਨਾਂ ਦਾ ਕੰਮ ਰਹਿ ਗਿਆ। ਲੱਗਦਾ ਕਿ ਪੰਜਾਬ ਨੂੰ ਕਿਤੇ ਨਾ ਕਿਤੇ ਢਾਹ ਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਦੇ ਕਿਹਾ ਜਾ ਸਕਦਾ ਹੈ ਪੰਜਾਬੀ ਜਿਹੜਾ ਹੈਗੇ ਹਰ ਜਿਹੜੇ ਫੀਲਡ ਹੈਗਾ ਉਹਦੇ ਵਿੱਚ ਜਿਹੜੇ ਹੈ ਵੱਧ ਚੜ੍ਹ ਕੇ ਹਿੱਸਾ ਲੈਂਦੇ। ਜੇ ਲੜਾਈਆਂ ਹੋਈਆਂ ਆਜ਼ਾਦੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਜਿਹੜਾ ਸਿੱਖਾਂ ਨੇ ਜਿਹੜਾ ਹੈਗਾ ਭੂਮਿਕਾ ਨਿਭਾਈ ਅਤੇ ਸਭ ਤੋਂ ਵੱਧ ਜਿਹੜੀਆਂ ਕੁਰਬਾਨੀਆਂ ਜਿਹੜੀਆਂ ਇਹ ਜੀ ਇਹ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ ਵੀ 90% ਦੇ ਤਕਰੀਬਨ ਕੁਰਬਾਨੀਆਂ ਕੀਤੀਆਂ। ਉਦੋਂ ਬਾਅਦ 'ਚ ਜੋ ਜਿੰਨੀਆਂ ਵੀ ਪਾਕਿਸਤਾਨ ਨਾਲ ਜਾਂ ਹੋਰ ਕਿਤੇ ਜੰਗਾਂ ਹੋਈਆਂ ਉਹ 'ਚ ਵੀ ਉਹਨਾਂ ਨੇ ਵੱਧ ਚੜ੍ਹ ਕੇ ਆਪਣਾ ਖੂਨ ਡੋਲਿਆ, ਪਰ ਫਿਰ ਵੀ ਸਾਡੇ ਨਾਲ ਬਹੁਤ ਵੱਡੀ ਬੇਇਨਸਾਫੀ ਹੋ ਰਹੀ। ਜਦੋਂ ਅਸੀਂ ਕੋਈ ਇਨਸਾਫ ਦੀ ਗੱਲ ਕਰਦੇ ਹਾਂ ਅਤੇ ਸਾਨੂੰ ਦੇਸ਼ ਵਿਰੋਧੀ ਜਾਂ ਇਹੋ ਜਿਹੇ ਜੇ ਵੱਖਵਾਦੀ ਪਤਾ ਨਹੀਂ ਕਿੱਦਾਂ ਦੇ ਸਾਡੀ ਪੂਰੀ ਦੁਨੀਆ 'ਚ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਅਤੇ ਇਹ ਚੀਜ਼ ਦਾ ਕਿ ਇਹਦੇ ਵਾਸਤੇ ਹੀ ਜਿਹੜੇ ਕੋਈ ਸਾਡੀ ਆਵਾਜ਼ ਚੁੱਕਦਾ ਅਤੇ ਉਹਨੂੰ ਜਾਂ ਤਾਂ ਖਤਮ ਕੀਤਾ ਜਾਂਦਾ ਜਾਂ ਜੇਲ੍ਹਾਂ ਸੁੱਟਿਆ ਜਾਂਦਾ। ਕੀ ਮੰਨਦੇ ਹੋ ਜਿਹੜੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਸੀਗੀ ਜਿਹੜੀ ਅਕਾਲੀ ਦਲ ਜਿਹੜਾ ਹੈਗਾ ਜਿਹੜੀ ਅੱਜ ਜਿਹੜੀ ਕਮਜ਼ੋਰ ਨਜ਼ਰ ਆ ਰਹੀ ਹੈ ਧੜੇਬੰਦੀ ਜਿਹੜੀ ਉਹਦੇ ਵਿੱਚ ਨਜ਼ਰ ਆ ਰਹੀ ਹੈ ਕਿ ਉਹ ਅੱਜ ਜਿਹੜੀ ਹੈਗੀ
ਪੰਜਾਬ ਦੀ ਜਿਹੜੀ ਹੈਗੀ ਅਗਵਾਈ ਕਰ ਸਕਦੀ ਹੈ ਜਾਂ ਪੰਜਾਬੀਅਤ ਲਈ ਜਾਂ ਫਿਰ ਪੰਜਾਬ ਦੇ ਲੋਕਾਂ ਲਈ ਹੈਗੇ ਉਹ ਦੁਬਾਰਾ ਜਿਹੜੀ ਹੈ ਮੁੜ ਸੁਰਜੀਤ ਹੋ ਸਕਦੀ? ਨਹੀਂ, ਇਹ ਜੀ ਇਹ ਸਾਡੀ ਜਿਹੜੀਆਂ ਇਹ ਪੰਥਕ ਪਾਰਟੀ ਬਹੁਤ ਵੱਡੀ ਸੀ, ਇਹਨੇ ਬੜਾ ਸੰਘਰਸ਼ ਕੀਤਾ, ਪਰ ਇਹ ਕੁਛ ਸਮੇਂ ਤੋਂ ਜਿੱਦਾਂ 1996-97 ਤੋਂ ਇਹਨਾਂ ਨੇ ਪੰਥਕ ਛੱਡ ਕੇ ਮੁੱਦਾ ਅਤੇ ਪੰਜਾਬੀ ਪਾਰਟੀ ਬਣਾ ਦਿੱਤਾ। ਉਹਦੇ 'ਚ ਇਹਨਾਂ ਨੇ ਇਹੋ ਜਿਹੇ ਮੁੜ ਕੇ ਪਰਿਵਾਰਵਾਦ ਉੱਤੇ ਇੰਨਾ ਭਾਰੂ ਹੋ ਗਿਆ ਕਿ ਉਹਨਾਂ ਨੇ ਪੰਜਾਬ ਦੇ ਮੁੱਦੇ ਛੱਡ ਕੇ ਸਾਰੀਆਂ ਚੀਜ਼ਾਂ ਛੱਡ ਕੇ ਉਹ ਆਪਣੇ ਪਰਿਵਾਰ ਨੂੰ ਹੀ ਪ੍ਰਮੋਟ ਕਰਨ ਵਾਸਤੇ ਲੱਗੇ ਰਹੇ, ਆਪਣਾ ਬਿਜ਼ਨਸ ਵਧਾਉਂਦੇ ਰਹੇ। ਉਹਦੇ ਨਾਲ ਮੇਰਾ ਖਿਆਲ ਹੈ ਕਿ ਲੋਕਾਂ 'ਚ ਜੋ ਉਹਨਾਂ ਦੇ ਰਾਜ 'ਚ ਬੇਅਦਬੀਆਂ ਹੋਈਆਂ, ਹੋਰ ਚੀਜ਼ਾਂ, ਕਿਸੇ ਦਾ ਵੀ ਕੋਈ ਇਨਸਾਫ ਵਾਲੀ ਗੱਲ ਹੀ ਨਹੀਂ ਹੋਈ, ਅਤੇ ਹੁਣ ਲੋਕਾਂ ਤੋਂ ਉਹਨਾਂ ਦਾ ਮੋਹ ਇਕਦਮ ਭੰਗ ਹੋ ਚੁੱਕਾ, ਅਤੇ ਮੇਰਾ ਖਿਆਲ ਹੈ ਕਿ ਉਹ ਬਹੁਤ ਉਹਨਾਂ ਨੇ ਪੰਜਾਬ ਦਾ, ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ। ਹੁਣ ਲੋਕਾਂ ਨੂੰ ਉਹਨਾਂ 'ਤੇ ਵਿਸ਼ਵਾਸ ਨਹੀਂ ਰਿਹਾ। ਹੁਣ ਉਹਨਾਂ ਨੇ ਦੇਖੋ ਕਿ ਆਹ ਜਿਹੜੀ ਇਲੈਕਸ਼ਨ ਹੋਈ 2024 ਦੀ, ਉਹਦੇ 'ਚ ਇਕਦਮ ਨਕਾਰ ਦਿੱਤਾ ਉਹਨਾਂ ਨੂੰ, ਅਤੇ ਇਸ ਕਰਕੇ ਉਹਨਾਂ ਨੂੰ ਮੈਂ ਸੋਚਦਾ ਕਿ ਉਹਨਾਂ ਨੂੰ ਆਉਣ ਵਾਲੇ ਕੌਮ ਦੇ ਭਵਿੱਖ ਲਈ ਜਾਂ ਪੰਜਾਬ ਦੇ ਭਵਿੱਖ ਲਈ ਉਹਨਾਂ ਨੂੰ ਆਪਣੇ ਅਹੁਦੇਦਾਰੀਆਂ ਤੋਂ ਥੋੜ੍ਹਾ ਪਰੇ ਹਟ ਕੇ ਕੋਈ ਚੰਗੇ ਲੋਕਾਂ ਨੂੰ ਉਹਦੀ ਅਗਵਾਈ ਸੌਂਪਣੀ ਚਾਹੀਦੀ ਆ ਕਿ ਜਿਹੜੇ ਲੋਕ ਜਿਨ੍ਹਾਂ ਤੋਂ ਲੋਕਾਂ ਦਾ ਵਿਸ਼ਵਾਸ ਉੱਠਿਆ ਉਹਨਾਂ ਨੂੰ ਪਿੱਛੇ ਹਟ ਜਾਣਾ ਚਾਹੀਦਾ ਕੌਮ ਦੀ ਚੜ੍ਹਦੀ ਕਲਾ ਲਈ। ਮੇਰਾ ਖਿਆਲ ਉਹ ਅਜੇ ਵੀ ਉਹ ਆਪਣੀਆਂ ਪ੍ਰਧਾਨਗੀਆਂ 14 ਨੂੰ ਚਿੰਬੜੇ ਹੋਏ ਆ, ਅਤੇ ਇਹ ਐਂ ਲੱਗਦਾ ਕਿ ਉਹ ਜਗ੍ਹਾ ਪੂਰੀ ਚੰਗੀ ਤਰ੍ਹਾਂ ਪਾਰਟੀ ਦਾ ਭੋਗ ਪਾ ਕੇ ਕਿ ਉਹਨਾਂ ਨੇ ਸ਼ਾਇਦ ਇਹਨੂੰ ਛੱਡਣਾ ਹੋਵੇ। ਪਰ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਹੁਣ ਬਹੁਤ ਸਮਾਂ ਵਿਹਾ ਚੁੱਕੇ ਹੋ, ਲੋਕਾਂ ਦਾ ਤੁਹਾਡੇ ਤੋਂ ਵਿਸ਼ਵਾਸ ਉੱਠ ਚੁੱਕਾ, ਤੁਸੀਂ ਪਿੱਛੇ ਹਟ ਜਾਓ ਅਤੇ ਕੋਈ ਨੌਜਵਾਨਾਂ ਨੂੰ, ਚੰਗੇ ਲੋਕਾਂ ਨੂੰ ਉਹ ਪਾਰਟੀ ਦੀ ਵਾਗਡੋਰ ਸੰਭਾਲੀ ਜਾਵੇ, ਅਤੇ ਉਹ ਸਾਡੀ ਜੋ ਖੇਤਰੀ ਪਾਰਟੀ ਨੂੰ ਜਿੱਦਾਂ ਮੁੜ ਸੁਰਜੀਤ ਕੀਤਾ ਜਾ ਸਕੇ, ਜੋ ਪੰਜਾਬ ਦੇ ਹੱਕਾਂ ਹਕੂਕਾਂ ਲਈ ਲੜ ਸਕੇ, ਅਤੇ ਤਾਂ ਹੀ ਸਾਡਾ ਬਚਾਅ ਆ। ਪੰਜਾਬ ਦੀਆਂ ਜਿਮਨੀ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਰੋਲ ਰਹੇਗਾ, ਭੂਮਿਕਾ ਕਿਵੇਂ ਰਹੇਗੀ ਭਾਈ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਸਮਰਥਕ ਹੈ ਤੁਹਾਡੇ ਵੱਲੋਂ ਟੀਮ ਵੱਲੋਂ? ਫਿਲਹਾਲ ਤਾਂ ਅੰਮ੍ਰਿਤਪਾਲ ਦਾ ਜਿਮਨੀ ਚੋਣਾਂ 'ਚ ਲੈਣ ਜਾਣ ਦਾ ਕੋਈ ਐਡਾ ਕੋਈ ਉਹਨਾਂ ਦਾ ਦਿਲਚਸਪੀ ਨਹੀਂ ਸੀ। ਫਿਰ ਵੀ ਜੇ ਕੋਈ ਸਮਾਂ ਆਉਣ 'ਤੇ ਦੇਖਾਂਗੇ, ਜੇ ਕੋਈ ਜ਼ਰੂਰਤ ਪੈਂਦੀ ਆ ਕੋਈ ਕਿਤੇ, ਮੇਰੇ ਖਿਆਲ ਡਾਇਰੈਕਟ 'ਤੇ ਅਸੀਂ ਸ਼ਾਇਦ ਕੋਈ ਬੰਦੇ ਨਹੀਂ ਉਤਾਰਾਂਗੇ, ਸਾਰੀਆਂ ਪੰਥਕ ਧਿਰਾਂ ਨਾਲ ਮਿਲ ਕੇ ਕੋਈ ਅਸੀਂ ਸੋਚਾਂਗੇ ਕੋਈ ਸਾਂਝਾ ਉਮੀਦਵਾਰ ਦਿੱਤਾ ਜਾਵੇ, ਅਤੇ ਜੇ ਕੋਈ ਇੱਦਾਂ ਦੀ ਕੋਈ ਗੱਲ ਹੁੰਦੀ ਹੈ ਤਾਂ ਫਿਰ ਅਸੀਂ ਉਹਦੇ 'ਚ ਜਿੰਨਾ ਕੁ ਸਾਡਾ ਬਣਦਾ ਯੋਗਦਾਨ ਹੋਊਗਾ ਅਸੀਂ ਪਾਉਣ ਦੀ ਕੋਸ਼ਿਸ਼ ਕਰਾਂਗੇ। ਲੱਗਦਾ ਕਿ ਅੱਜ ਜਿਹੜੇ ਪੰਜਾਬ ਦੀ ਜਿਹੜੀ ਨੌਜਵਾਨੀ ਹੈਗੀ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਹੈਗਾ ਪਿੱਛੇ ਜਾਂ ਉਹਨਾਂ ਦੇ ਜਿਹੜੇ ਕਦਮਾਂ 'ਤੇ ਜਿਹੜੀ ਚੱਲ ਸਕਦੀ ਹੈ, ਰਾਹ 'ਤੇ ਚੱਲ ਸਕਦੀ ਹੈ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਨਸ਼ਾ ਜਿਹੜਾ ਹਾਵੀ ਹੋ ਰਿਹਾ, ਨੌਜਵਾਨੀ ਜਿਹੜੀ ਹੈ ਲਗਾਤਾਰ ਜਿਹੜੀ ਹੈ ਬਰਬਾਦ ਹੋ ਰਹੀ ਹੈ, ਮੌਤ ਜਿਹੜੀ ਨੌਜਵਾਨਾਂ ਦੀ। ਨਹੀਂ, ਇਹ ਨਸ਼ਾ ਤਾਂ ਸਾਡੇ ਵਾਸਤੇ, ਸਾਡੇ ਪੰਜਾਬੀਆਂ ਵਾਸਤੇ, ਸਿੱਖਾਂ ਵਾਸਤੇ ਇੱਕ ਬਹੁਤ ਵੱਡਾ ਕਲੰਕ ਹੈ। ਸਾਡੀ ਰਹਿਤ ਮਰਿਆਦਾ 'ਚ ਨਸ਼ੇ ਨੂੰ ਕੋਈ ਥਾਂ ਨਹੀਂ, ਅਤੇ ਸਾਡੇ ਲੀਡਰ ਹੀ ਨਸ਼ੇ ਦਾ ਵਪਾਰ ਕਰਨਾ ਸ਼ੁਰੂ ਕਰਤੇ, ਜਗ੍ਹਾ ਜਗ੍ਹਾ ਠੇਕੇ ਖੁੱਲ੍ਹ ਗਏ, ਹੁਣ ਇਹੋ ਜਿਹੇ ਨਸ਼ੇ ਆ ਗਏ ਆ ਕਿ ਜਿਹੜੇ ਸਾਡੇ ਨੌਜਵਾਨਾਂ ਨੂੰ ਆਰਥਿਕ ਤੌਰ 'ਤੇ ਵੀ ਉਹਨਾਂ ਦੇ ਘਰ ਪੂਰੇ ਬਰਬਾਦ ਹੋ ਜਾਂਦੇ, ਅਤੇ ਸਾਲ ਖੰਡ 'ਚ ਉਹ ਵੀ ਇਸ ਦੁਨੀਆਂ ਤੋਂ ਚਲੇ ਜਾਂਦੇ। ਰੋਜ਼ ਕਿੰਨੇ ਨੌਜਵਾਨਾਂ ਦੀ ਮੌਤ ਹੋ ਰਹੀ ਆ, ਇਹ ਜਿਹੜੀ ਇੱਕ ਹੈ ਜੇ ਕਿ ਅਗਰ ਲੋਕ ਕੁਛ ਛੁਪਾ ਜਾਂਦੇ ਆ ਕਿ ਜੀ ਸਾਡੇ ਵਿੱਚ ਵੱਡੇ ਬੱਚੇ ਹੈ, ਅਤੇ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਨਾ, ਮੇਰਾ ਖਿਆਲ ਹੈ ਕਿ ਬਹੁਤ ਵੱਡੀ ਲਹਿਰ ਦੀ ਲੋੜ ਆ। ਤੋ ਅੰਮ੍ਰਿਤਪਾਲ ਚਲਾ ਰਿਹਾ ਸੀ, ਲੋਕਾਂ ਨੂੰ ਵੀ ਉਮੀਦ ਆ, ਲੋਕਾਂ ਨੇ ਵੀ ਤਾਂ ਹੀ ਐਡੀ ਵੱਡੀ ਤਦਾਦ 'ਚ ਉਹਨਾਂ ਦਾ ਸਮਰਥਨ ਕੀਤਾ ਕਿ ਉਹ ਬਾਹਰ ਆਉਣਗੇ ਅਤੇ ਉਹ ਸਾਡੇ ਇਹ ਜਿਹੜੇ ਨਸ਼ਿਆਂ ਦੇ ਖਿਲਾਫ ਜਿਹੜੀ ਜੰਗ ਆ ਉਹ ਲੜੀ ਜਾ ਸਕਦੀ। ਕਿਵੇਂ ਦੇਖਦੇ ਹੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਦੋਂ ਜਦੋਂ ਆਏ ਹੈ 92 ਸੀਟਾਂ ਜਿਹੜੀਆਂ ਲੋਕਾਂ ਨੇ ਫਤਵਾ ਦਿੱਤਾ, ਅਤੇ ਅੱਜ ਜਿਹੜਾ ਹੈਗਾ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਹਾਰ ਹੋਈ ਹੈ, ਲੇਕਿਨ ਲੱਗਦਾ ਹੈਗਾ ਕਿ ਭਗਵੰਤ ਮਾਨ ਜਿਹੜੇ ਹੈਗੇ ਦੁਬਾਰਾ ਜਿਹੜੇ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਜਾਣ ਵਾਸਤੇ ਕਈ ਤਰ੍ਹਾਂ ਦੇ ਜਿਹੜੇ ਵਿਰੋਧੀਆਂ ਦਾ ਜਿਹੜਾ ਕਹਿਣਾ ਕਿ ਟੋਂਗ ਰਚ ਰਹੇ। ਨਹੀਂ, ਉਹ ਤਾਂ ਟੋਂਗ ਰਚ ਹੀ ਰਹੇ, ਲੋਕਾਂ ਨੇ ਬੜੇ ਵਿਸ਼ਵਾਸ ਨਾਲ ਦੂਜੀਆਂ ਦੋ ਪਾਰਟੀਆਂ ਨੂੰ ਨਕਾਰ ਕੇ ਇਹਨਾਂ ਨੂੰ ਐਡਾ ਬਹੁਮਤ ਦਿੱਤਾ ਸੀਗਾ, ਪਰ ਇਹ ਹੁਣ ਲੋਕਾਂ ਦੇ ਮਨ 'ਚੋਂ ਲੱਥ ਚੁੱਕੇ ਆ।
ਹੁਣ ਇਹਨਾਂ ਦੋ ਤਿੰਨ ਸਾਲ ਦੇ ਕਰੀਬ 2.5-3 ਸਾਲ ਹੋ ਚੁੱਕੇ ਇਹਨਾਂ ਨੂੰ ਰਾਜ ਕਰਦੇ ਆ, ਤਾਂ ਉਹਦੇ 'ਚ ਇਹਨਾਂ ਨੇ ਪੰਜਾਬ ਦੇ ਸਿਰ ਕਰਜ਼ਾ ਵੀ ਵਧਾ ਦਿੱਤਾ ਅਤੇ ਬਾਕੀ ਨਸ਼ਾ ਵੀ ਵਧਾ ਦਿੱਤਾ ਪੰਜਾਬ 'ਚ, ਹੋਰ ਵੀ ਜਿਹੜੀ ਬੇਰ ਭ੍ਰਿਸ਼ਟਾਚਾਰ ਹੈ ਉਹ ਵੀ ਵੱਧ ਗਿਆ, ਸਾਰੀਆਂ ਚੀਜ਼ਾਂ ਲੋਕਾਂ ਦਾ ਹੁਣ ਮੋਹ ਭੰਗ, ਲੋਕ ਹੁਣ ਸੋਚ ਰਹੇ ਕਿ ਜਾਈਏ ਤਾਂ ਜਾਈਏ ਕਿੱਧਰ ਨੂੰ, ਜਿੱਥੇ ਵੀ ਅਸੀਂ ਵਿਸ਼ਵਾਸ ਕਰਦੇ ਉਹੀ ਸਾਡੇ ਨਾਲ ਧੋਖਾ ਕਰਦਾ। ਇਸ ਕਰਕੇ ਮੇਰਾ ਖਿਆਲ ਹੈ ਕਿ ਲੋਕਾਂ ਨੂੰ, ਚੰਗੇ ਸਿਰਦ ਲੋਕਾਂ ਨੂੰ ਆਪ ਵੀ ਉੱਠ ਕੇ ਉੱਠਣਾ ਪਊਗਾ ਅਤੇ ਤਾਂ ਹੀ ਸਾਡੇ ਕੌਮ ਬਚ ਸਕਦੀ। ਕਦੋਂ ਤੱਕ ਉਮੀਦ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ 12 ਆਉਣ ਦੀ? ਜਿਹੜੀ ਪੰਜਾਬ ਦੇ ਲੋਕ ਤਾਂ ਮੇਰੇ ਉਹ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ, ਪਰ ਹੁਣ ਸਰਕਾਰਾਂ ਦੀ ਢੀਠਤਾ ਹੀ ਦੇਖੋ ਕਿੰਨਾ ਕੁ ਚਿਰ ਚੱਲਦੀ ਹੈ, ਬਾਕੀ ਅਸੀਂ ਸਾਰੇ ਜਣੇ ਲੜਕੇ ਇਕੱਠੇ ਹੋ ਕੇ ਲੜਾਂਗੇ ਅਤੇ ਮੇਰਾ ਖਿਆਲ ਹੈ ਜਲਦੀ ਇਹ ਗੁਰੂ ਮਹਾਰਾਜ ਕਿਰਪਾ ਕਰਨਗੇ ਅਤੇ ਉਹ ਛੇਤੀ ਸਾਡੇ ਵਿੱਚ ਹੋਣਗੇ। ਬਹੁਤ ਬਹੁਤ ਧੰਨਵਾਦ ਤੁਹਾਡਾ ਪੰਜਾਬੀ ਲੋਕ ਚੈਨਲ ਨੂੰ ਜਿਹੜਾ ਹੈਗਾ ਸਮੇਂ ਦੇਣ ਦੇ ਲਈ। ਅਵਤਾਰ ਗਿੱਲ, ਪੰਜਾਬੀ ਲੋਕ ਚੈਨਲ, ਅਬੋਹਰ।